ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਐਕਟਿਵ ਹੁੰਦੀ ਦਿਖ ਰਹੀ ਹੈ। ਇਸ ਦੇ ਮੱਦੇਨਜ਼ਰ ਇਹ ਖਬਰ ਆ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੋਕ ਸਭਾ ਹਲਕੇ ਸੰਗਰੂਰ ਤੋਂ ਜਨਵਰੀ ਦੇ ਤੀਜੇ ਹਫ਼ਤੇ ਇੱਕ ਵੱਡੀ ਰੈਲੀ ਕਰ ਚੋਣਾਂ ਦਾ ਬਿਗੁਲ ਵਜਾ ਸਕਦੇ ਹਨ। ਆਮ ਆਦਮੀ ਪਾਰਟੀ ਦੇ ਖਿਲਾਫ਼ ਆਪਣਿਆਂ ਵੱਲੋਂ ਹੀ ਮੋਰਚਾ ਖੋਲ੍ਹੇ ਜਾਣ ਤੋਂ ਬਾਅਦ ਵੀ ਪਾਰਟੀ ਪੰਜਾਬ ਵਿੱਚ ਖੁੰਝੇ ਲੱਗੀ ਹੋਈ ਸੀ। ਹੁਣ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਕੁਝ ਹੌਂਸਲਾ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਦੀ ਤਫਤੀਸ਼ ਕਰ ਚੁੱਕੇ ਸੇਵਾ ਮੁਕਤ ਜਸਟਿਸ ਜੋਰਾ ਸਿੰਘ ਨੇ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਆਪਣਾ ਸਿਆਸੀ ਸਫ਼ਰ ਸ਼ੁਰੂ ਕਰ ਲਿਆ, ਜਿਸ ਉੱਤੇ ਬੋਲਦਿਆਂ ਸੁਖਪਾਲ ਸਿੰਘ ਖਹਿਰੇ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਸਿੱਖਾਂ ਨਾਲ ਅਤੇ ਪੰਜਾਬ ਨਾਲ ਧੋਖਾ ਕਰਨ ਵਾਲੇ ਗੱਦਾਰ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕੀਤਾ ਜੋ ਬਾਦਲਾਂ ਦਾ ਹੱਥ ਟੋਕਾ ਹੈ। ਉੱਧਰ ਇਸ ਸਭ ਦੇ ਵਿੱਚ ਜੈ ਕਿਸ਼ਨ ਰੋੜੀ ਦਾ ਆਮ ਆਦਮੀ ਪਾਰਟੀ ਦੇ ਵਿੱਚ ਵਾਪਿਸ ਜਾਣਾ ਮਾਹਿਰਾਂ ਨੂੰ ਹੈਰਾਨ ਕਰਨ ਵਾਲਾ ਨਹੀਂ ਲੱਗ ਰਿਹਾ। ਮਾਹਿਰਾਂ ਦਾ ਕਹਿਣਾ ਹੈ ਕਿ ਇਹਦੇ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ, ਕਿਉਂਕਿ ਜੈ ਕਿਸ਼ਨ ਰੋੜੀ ਦਾ ਪਹਿਲਾਂ ਹੀ ਤੈਅ ਸੀ ਕਿ ਉਹ ਸੁਖਪਾਲ ਸਿੰਘ ਖਹਿਰਾ ਦੇ ਨਾਲ ਜ਼ਰੂਰ ਹਨ, ਪਰ ਉਹ ਖਹਿਰਾ ਦੇ ਨਾਲ ਨਵੀਂ ਪਾਰਟੀ ਵਿੱਚ ਨਹੀਂ ਜਾਣਗੇ। ਉਹਨਾਂ ਨੇ ਇਹ ਗੱਲ ਆਮ ਆਦਮੀ ਪਾਰਟੀ ਤੋਂ ਬਾਕੀ ਹੋਣ ਤੋਂ ਬਾਅਦ ਹੀ ਕਹਿ ਦਿੱਤੀ ਸੀ ਕਿ ਉਹਨਾਂ ਦੀ ਪਹਿਲੀ ਅਤੇ ਆਖਰੀ ਪਾਰਟੀ ਆਮ ਆਦਮੀ ਪਾਰਟੀ ਹੀ ਹੈ ਅਤੇ ਉਹ ਇਹ ਪਾਰਟੀ ਛੱਡ ਕਿਸੇ ਵੀ ਨਵੀਂ ਪਾਰਟੀ ਵਿੱਚ ਨਹੀਂ ਜਾਣਗੇ। ਇਸ ਲਈ ਜੈ ਕਿਸ਼ਨ ਰੋੜੀ ਦਾ ਦੁਬਾਰਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਖੜਨਾ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ ਅਤੇ ਇਹ ਵੀ ਜ਼ਰੂਰ ਹੈ ਕਿ ਇੱਕ MLA ਦੇ ਇੱਦਾਂ ਜਾਣ ਦੇ ਨਾਲ ਦੂਜਿਆਂ 'ਤੇ ਜ਼ਰੂਰ ਅਸਰ ਪਵੇਗਾ। ਉੱਧਰ ਸੁਖਪਾਲ ਸਿੰਘ ਖਹਿਰਾ ਨੇ ਜੈ ਕਿਸ਼ਨ ਰੋੜੀ ਬਾਰੇ ਜ਼ਿਆਦਾ ਕੁਝ ਨਹੀਂ ਬੋਲਿਆ, ਪਰ ਉਹਨਾਂ ਨੇ ਜੈ ਕਿਸ਼ਨ ਰੋੜੀ ਤੋਂ ਇੱਕ ਸਵਾਲ ਪੁੱਛਿਆ ਕਿ ਉਹ ਆਏ ਵੀ ਆਪਣੀ ਮਰਜ਼ੀ ਦੇ ਨਾਲ ਅਤੇ 4 ਮਹੀਨਿਆਂ ਬਾਅਦ ਗਏ ਵੀ ਆਪਣੀ ਮਰਜ਼ੀ ਦੇ ਨਾਲ, ਔਰ ਉਹਨਾਂ ਦੀ ਜਿਹੜੀ ਪਹਿਲੀ ਪ੍ਰੈਸ ਕਾਨਫਰੰਸ ਸੀਗੀ ਉਹਦੇ 'ਚ ਉਹਨਾਂ ਨੇ ਇਹ, ਅਸੀਂ ਕਿਸੇ ਨੇ ਉਹਨਾਂ ਨੂੰ ਕੁਛ ਕਿਹਾ ਨਹੀਂ ਸੀਗਾ, ਬਹੁਤ ਜ਼ਿਆਦਾ ਸਖਤ ਸ਼ਬਦਾਂ 'ਚ ਕਿਹਾ ਕਿ ਜਿਹੜਾ ਦਿੱਲੀ ਦਾ ਲੀਡਰ ਹੈ ਮਨੀਸ਼ ਸਿਸੋਡੀਆ ਇਹਦੀ ਧੌਣ ਵਿੱਚ ਕਿੱਲਾ ਵਾ, ਸਰੀਆ ਇਹਦੀ ਧੌਣ ਵਿੱਚ, ਇਹਦੀ ਧੌਣ 'ਚੋਂ ਸਰੀਆ ਕੱਢਣਾ ਮੈਂ। ਹੁਣ ਪਤਾ ਨਹੀਂ ਜਦੋਂ ਉਹਦੇ ਨਾਲ ਜਾ ਕੇ ਖੜੇ ਹੋਏ ਹੋਣੇ ਆ ਉਹ ਸ਼ਬਦ ਉਹਨਾਂ ਨੂੰ ਯਾਦ ਆਏ ਕਿ ਨਹੀਂ ਆਏ, ਸ਼ਾਇਦ ਸਰੀਆ ਕੱਢ ਦਿੱਤਾ ਹੋਵੇ ਅਤੇ ਮਨੀਸ਼ ਨੂੰ ਵੀ ਦੱਸਣਾ ਚਾਹੀਦਾ ਕਿ ਉਹਦੀ ਧੌਣ 'ਚ ਸਰੀਆ ਸੀਗਾ ਅਤੇ ਕੀ ਉਹ ਨਿਕਲ ਗਿਆ ਵਾ। ਇਸ ਸਭ ਤੋਂ ਪਹਿਲਾਂ ਜੈ ਕਿਸ਼ਨ ਰੋੜੀ ਨੇ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਕਿਹਾ ਸੀ ਕਿ ਅਸਲ ਦੇ ਵਿੱਚ ਅਸੀਂ ਉਸ ਸਮੇਂ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦੇ ਖਿਲਾਫ਼ ਸੀ ਕਿ ਉਹ ਪੰਜਾਬ ਨੂੰ ਖੁਦ ਮੁਖਤਿਆਰੀ ਨਹੀਂ ਦੇ ਰਹੀ, ਪੰਜਾਬ ਦੀ ਕੋਰ ਕਮੇਟੀ ਵੱਖਰੀ ਹੋਣੀ ਚਾਹੀਦੀ ਹੈ ਜੋ ਪੰਜਾਬ ਦੇ ਫੈਸਲੇ ਪੰਜਾਬ ਤੋਂ ਲਵੇ ਨਾ ਕਿ ਦਿੱਲੀ ਤੋਂ ਆਉਣ। ਉਹਨਾਂ ਨੇ ਕਿਹਾ ਕਿ ਅੱਜ ਪੰਜਾਬ ਦੀ ਕੋਰ ਕਮੇਟੀ ਪੰਜਾਬ ਦੇ ਫੈਸਲੇ ਆਪ ਲੈ ਰਹੀ ਹੈ, ਇਸ ਕਰਕੇ ਉਹਨਾਂ ਨੂੰ ਹੁਣ ਕੇਜਰੀਵਾਲ ਦੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਰਹਿ ਗਿਆ। ਇੱਥੇ ਤੁਹਾਨੂੰ ਇੱਕ ਗੱਲ ਦੱਸ ਦਈਏ ਕਿ 2 ਦਿਨ ਪਹਿਲਾਂ ਭਗਵੰਤ ਮਾਨ ਨੇ ਬਰਨਾਲਾ ਵਿੱਚ ਬਿਆਨ ਦਿੱਤਾ ਸੀ ਕਿ ਜਿਹੜੇ ਵੀ ਪਾਰਟੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਨਵੀਂ ਪਾਰਟੀ ਵਿੱਚ ਜਾਣਗੇ ਉਹਨਾਂ ਦੀ ਵਿਧਾਇਕੀ ਖੁੱਸ ਜਾਵੇਗੀ। ਉਸੇ ਬਿਆਨ ਦੇ ਜਵਾਬ ਵਿੱਚ ਸ਼ਾਇਦ ਜੈ ਕਿਸ਼ਨ ਅਰੋੜੀ ਦੁਬਾਰਾ ਕੇਜਰੀਵਾਲ ਕੈਂਪ ਵਿੱਚ ਵਾਪਸ ਆ ਗਏ ਹਨ। ਖੈਰ ਹੁਣ ਦੇਖਣਾ ਹੋਵੇਗਾ ਕਿ ਭਵਿੱਖ ਦੇ ਵਿੱਚ ਆਮ ਆਦਮੀ ਪਾਰਟੀ ਕਿੰਨਾ ਕੁ ਲੋਕਾਂ ਦਾ ਭਰੋਸਾ ਜਿੱਤ ਸਕੇਗੀ ਅਤੇ ਜੋਰਾ ਸਿੰਘ ਦੇ ਪਾਰਟੀ ਵਿੱਚ ਆਉਣ ਦੇ ਨਾਲ ਪਾਰਟੀ ਨੂੰ ਕਿੰਨੀ ਕੁ ਤਾਕਤ ਮਿਲੇਗੀ। ਪਰ ਅਸੀਂ ਇੱਥੇ ਤੁਹਾਡੇ ਕੋਲੋਂ ਪੁੱਛਣਾ ਚਾਹੁੰਦੇ ਹਾਂ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਸੁਖਪਾਲ ਸਿੰਘ ਖਹਿਰਾ ਦੇ ਲਈ ਇਹ ਕਿੰਨਾ ਕੁ ਵੱਡਾ ਝਟਕਾ ਹੈ? ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸੋ।